ਗੁਰਦੀਪ ਸਿੰਘ ਢਾਂਡਾ, ਸਾਬਕਾ ਸੰਸਦ ਸੰਘ ਕਮੇਟੀ ਪੰਜਾਬ ਪ੍ਰਧਾਨ। ਦੂਜੀ ਸਾਡੇ ਕੁਝ ਸਾਬਕਾ ਸੰਘ ਪਰਮਟਰੀ ਫੋਰਸ ਦੇ ਬੰਦੇ ਜਿਹੜੇ ਆ, ਇਹ ਬੈਂਕ ਚ ਵੱਖ ਵੱਖ ਕੰਪਨੀਆਂ ਦੇ ਵਿੱਚ, ਬੈਂਕ ਦੇ ਵਿੱਚ ਕੋਈ 10-15 ਸਾਲ ਤੋਂ ਨੌਕਰੀ ਕਰ ਰਹੇ ਸੀ ਸਕਿਉਰਟੀ ਕੰਪਨੀ ਚ। ਅੱਜ ਉਹਨਾਂ ਨੇ 3 ਮਹੀਨੇ ਹੋਈ ਆ ਤੇ ਕਹਿੰਦੇ ਕਿ ਪੈਰਾਮਿਲਟਰੀ ਫੋਰਸ ਜਿਹੜੀ ਆ ਸਕਿਉਰਟੀ ਗਾਰਡ ਦੀ ਡਿਊਟੀ ਨਹੀਂ ਕਰ ਸਕਦੇ। ਇਹਨਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਕਿ ਇਤਿਹਾਸ ਆ ਕਿ ਪੈਰਾਮਿਲਟਰੀ ਫੋਰਸ ਸਭ ਤੋਂ ਵੱਧ ਪਬਲਿਕ ਨੂੰ ਡੀਲ ਕਰਦੀ ਆ, ਤਾਂ ਬੈਂਕ ਦੀ ਡਿਊਟੀ ਜਿਹੜੀ ਆ ਪਬਲਿਕ ਨੂੰ ਡੀਲਿੰਗ ਦੀ ਆ, ਨਾ ਕਿ ਉਹ ਬਾਰਡਰ ਤੇ ਖੜੋ ਕੇ ਡਿਊਟੀ ਦੇਣ ਵਾਲੀ ਆ। ਜਿਹੜਾ ਪੈਰਾਮਿਲਟਰੀ ਫੋਰਸ ਦੇ ਬੰਦਿਆਂ ਨੂੰ ਸਭ ਤੋਂ ਜ਼ਿਆਦਾ ਤਜਰਬਾ ਪਬਲਿਕ ਨੂੰ ਡੀਲ ਕਰਨ ਦਾ ਆ, ਕਿਉਂਕਿ ਇਲੈਕਸ਼ਨ ਵੀ ਉਹ ਕਰਾਉਂਦੀ ਆ, ਜਿੱਥੇ ਦੰਗੇ ਹੁੰਦੇ ਉੱਥੇ ਵੀ ਉਹ ਜਾਂਦੀ ਆ। ਅਸੀਂ ਮੰਨਦੇ ਹਾਂ ਕਿ ਆਰਮੀ ਸਭ ਤੋਂ ਉੱਤੇ ਆ, ਅਸੀਂ ਇਹ ਚੀਜ਼ ਨੂੰ ਨਹੀਂ ਨਕਾਰ ਸਕਦੇ ਕਿ ਸਾਡੀ ਇੰਡੀਆ ਦਾ ਆਰਮੀ ਸਭ ਤੋਂ ਉੱਤੇ ਆ, ਪਰ ਪੈਰਾਮਿਲਟਰੀ ਫੋਰਸ ਵੀ ਕਿਤੇ ਨਾਲੋਂ ਘੱਟ ਨਹੀਂ, ਉਹਨਾਂ ਦਾ ਵੀ ਬਲਿਦਾਨ ਆ। ਹਰ ਪੈਰਾਮਿਲਟਰੀ ਫੋਰਸ ਦੇ ਸਿਪਾਹੀ ਦੀ ਘੱਟੋ ਘੱਟ 30-30 40-40 ਜ਼ਿਆਦਾ ਤਜਰਬਾ ਆ। ਜੇ ਪੁਰਾਣੀਆਂ ਕੰਪਨੀਆਂ ਨੇ ਇਹਨਾਂ ਨੂੰ ਨੌਕਰੀ ਦਿੱਤੀ ਸੀ ਤੇ ਇਸ ਕੰਪਨੀ ਨੂੰ ਕੀ ਬਿਮਾਰੀ ਆ? ਇਹ ਸਿਰਫ ਬੈਂਕ ਦੀ ਮਿਲੀ ਜੁਲੀ ਭੁਗਤ ਆ ਕਿ ਇਹਨਾਂ ਨੂੰ ਕਿਸੇ ਤਰ੍ਹਾਂ ਬਾਹਰ ਕੱਢਿਆ ਜਾਵੇ। ਅੰਮ੍ਰਿਤਸਰ ਜ਼ਿਲ੍ਹਾ ਤਰਨ ਤਾਰਨ ਜ਼ਿਲ੍ਹਾ ਇੱਥੇ ਜ਼ੋਨ ਤੋਂ ਚੱਲਦੀ ਆ, ਤੇ ਅਸੀਂ ਜ਼ੋਨ ਹੀ ਕੰਪਨੀਆਂ ਦਾ ਠੇਕਾ ਕਲੀਅਰ ਕਰਦਾ ਆ। ਜ਼ੋਨ ਆਫਿਸ ਨੇ ਕਿਉਂ ਨੀ ਪਹਿਲਾਂ ਕਲੀਅਰ ਕੀਤਾ ਕਿ ਤੁਸੀਂ ਸਾਡੇ ਪੈਰਾਮਿਲਟਰੀ ਫੋਰਸ ਨੂੰ ਕੱਢਣਾ, ਕਿਹਨੂੰ ਕੱਢਣਾ? ਕੋਈ ਲਿਮਿਟ ਹੀ ਨਹੀਂ ਆ। ਜੇ ਨਿਕਲਦਾ ਹੈ ਕੋਈ, ਜਾਂ ਸਰਕਾਰ ਦੀ ਪਾਲਸੀ ਆ ਜਾਂ ਕੋਈ ਵੀ ਪਾਲਸੀ ਆ, ਤੇ 58 ਸਾਲ ਤੋਂ ਬਾਹਰ ਵਾਲੇ ਨੂੰ ਕੱਢ ਸਕਦੇ ਆ, ਜਾਂ ਕਿਸੇ ਕੋਈ ਕੈਟਾਗਰੀ ਜ਼ਿਆਦਾ ਡਾਊਨ ਆ ਜਿਹੜਾ ਹੈਂਡੀਕੈਪਡ ਆ ਉਹਨੂੰ ਕੱਢ ਸਕਦੇ ਆ। ਜਿਹੜਾ ਚੰਗਾ ਭਲਾ ਬੰਦਾ 15 ਸਾਲ ਤੋਂ ਨੌਕਰੀ ਕਰ ਰਿਹਾ, 10-12 ਸਾਲ ਤੋਂ, ਉਹਨੂੰ ਬਿਨ ਵਜ੍ਹਾ ਕਿੱਦਾਂ ਕੱਢ ਸਕਦੇ ਆ? ਜੇ ਉਹ ਏਡਾ ਹੀ ਮਾੜਾ ਸੀ ਤੇ ਉਹਨੇ 12 ਜਾਂ 13 ਸਾਲ ਜਾਂ 14 ਸਾਲ ਨੌਕਰੀ ਕਿੱਦਾਂ ਬੈਂਕ ਦੇ ਵਿੱਚ ਕੀਤੀ? ਜਿਹੜੇ 7 ਮੁਲਾਜ਼ਮ ਨੇ ਕਿਹੜੀਆਂ ਬ੍ਰਾਂਚਾਂ ਦੇ ਵਿੱਚ ਨੇ? ਕਿਹੜੀ ਵੱਖ ਵੱਖ ਇੱਕ ਬਾਲਕਲਾਂ ਤੋਂ ਆ, ਇਹ ਵੱਖ ਵੱਖ ਨਾਲ ਆਇਆ ਦੇਖੇ ਨੇ ਵੀ ਜੀ। ਇੱਕ ਵੀਰ ਜੀ ਸੁਖਬੀਰ ਸਿੰਘ ਨਾਗੋਗੇ ਤੋਂ ITBP ਤੇ, ਇੱਕ ਪ੍ਰਗਟ ਸਿੰਘ ਮਾਨਾ ਵਾਲੇ ਤੋਂ CRPF ਵੰਜ ਨਾਲਾ, ਇੱਕ ਬਾਲਕੜਾ ਤੋਂ ਮਲਕੀਤ ਸਿੰਘ, ਇੱਕ ਸ਼ਮਸ਼ੇਰ ਸਿੰਘ ਮੱਤੇਵਾਲ ਤੋਂ ਆ, ਗੁਰਦੀਪ ਸਿੰਘ ਲਸ਼ਕਰੀ ਨਗਰ BSF ਦੇ ਨੇ, ਅਜਾਤ ਸਿੰਘ ਬਟਾਲਾ ਰੋਡ BSF ਦੇ ਨੇ, ਗੁਰਦੀਪ ਸਿੰਘ ਪਿੰਡੀਆਂ ਸਾਹਿਬ ਦਾ BSF ਤੋਂ ਆ। ਅਸੀਂ ਚਾਹੁੰਦੇ ਹਾਂ ਕਿ ਇਹਨਾਂ ਨੂੰ ਦੁਬਾਰਾ ਨੌਕਰੀ ਤੇ ਬਹਾਲ ਕੀਤਾ ਜਾਵੇ, ਤੇ ਅਸੀਂ ਸੰਘਰਸ਼ ਤੋਂ ਵੱਡਾ ਅੱਜ ਤੇ ਟੇਬਲ ਆ, ਫਿਲਮ ਤੇ ਅਗਲੀ ਇੱਕ ਦੋ ਦਿਨਾਂ ਚ ਤੁਹਾਨੂੰ ਫਿਲਮ ਦੇਖੂਗੀ। ਫਿਰ ਇਹ ਕੋਈ ਨੀ ਖੁੱਲਣਾ, ਸਿਰਫ ਅਸੀਂ ਅੱਜ ਅਹੁਦੇਦਾਰ ਆਏ ਹਾਂ, ਕੋਈ ਮੈਂਬਰਾਂ ਨੂੰ ਨੀ ਆਏ, ਜਿੰਨੇ ਆ ਅਹੁਦੇਦਾਰ ਆ ਕੋਈ ਜ਼ਿਲ੍ਹੇ ਦਾ ਕੋਈ ਬਲਾਕ ਦਾ, ਜਿਤਨਾ ਜੀ ਆਪਣੀ ਪੂਰੀ ਟੀਮ ਨੂੰ ਸੱਦਾ ਦੇ ਦਿੱਤਾ, ਇਹ ਤੋਂ ਰਾਹ ਨੀ ਕੋਈ ਰੁਕਣਾ ਇਹਨਾਂ ਕੋਲ। ਗਨਮੈਨ ਪੰਜਾਬ ਇੰਡਸਇੰਡ ਬੈਂਕ ਨਾਗੋਗੇ ਤੋਂ, ਵੀਰ ਜੀ ਮਾਮਲਾ ਇਹ ਆ ਕਿ ਪਿਛਲੇ ਤਕਰੀਬਨ 11 ਸਾਲਾਂ ਤੋਂ ਅਸੀਂ ਪੰਜਾਬ ਇੰਡਸਇੰਡ ਬੈਂਕ ਦਾ ਅੰਗ ਬਣ ਕੇ ਰਹੇ ਹਾਂ। ਸਮੇਂ ਸਮੇਂ ਤੇ ਜਿੱਥੇ ਵੀ ਸਾਨੂੰ ਜਿੱਥੇ ਵੀ ਪੰਜਾਬ ਇੰਡਸਇੰਡ ਬੈਂਕ ਨੂੰ ਲੋੜ ਪਈ ਆ, ਅਸੀਂ ਮੋਢੇ ਨਾਲ ਮੋਢਾ ਬਣ ਦੇ ਕੇ ਸਾਥ ਦਿੱਤਾ ਵਾ। ਹਰ ਚਾਹੇ ਉਹ ਕੋਰੋਨਾ ਦੇ ਸਮੇਂ ਦੇ ਵਿੱਚ ਹੋਵੇ, ਚਾਹੇ ਨੋਟਬੰਦੀ ਦੇ ਸੰਬੰਧ ਦੇ ਵਿੱਚ ਹੋਵੇ, ਅਸੀਂ ਬੈਂਕ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹੇ ਹਾਂ। ਲੇਕਿਨ ਅੱਜ ਸਾਡੇ 10-11 ਸਾਲ ਸਰਵਿਸ ਹੋਣ ਤੋਂ ਬਾਅਦ ਅੱਜ ਇੱਕ ਸਾਨੂੰ ਦੂਸਰੀ ਕੰਪਨੀ ਆ ਰਹੀ ਆ, ਕਹਿੰਦੀ ਪੈਰਾਮਿਲਟਰੀ ਵਾਲੇ ਜਵਾਨ ਡਿਊਟੀ ਨਹੀਂ ਕਰ ਸਕਦੇ, ਜਦਕਿ ITBP ਇਸ ਅੰਮ੍ਰਿਤਸਰ ਦੇ ਵਿੱਚ ਇਸ ਫੋਰਸ ਤੋਂ ਪਹਿਲਾਂ ਇੱਥੇ ਡਿਊਟੀ ਕਰ ਚੁੱਕੀ ਆ। ਕਰੰਸੀ ਚੈਸਟਾਂ ਦੇ ਉੱਤੇ ITBP ਡਿਊਟੀ ਕਰ ਚੁੱਕੀ ਆ, BIP ਡਿਊਟੀ ITBP ਕਰ ਚੁੱਕੀ ਆ, ਅੱਜ ਇਹ ਮਸਲਾ ਬਣਾ ਕੇ ਕੱਢ ਰਿਹਾ ਕਿ ਆਏ ਪੈਰਾਮਿਲਟਰੀ ਦੇ ਜਵਾਨ ਅਸੀਂ ਕਿਉਂ ਨਹੀਂ ਲੱਗੇ। ਸਾਡੇ ਨਾਲ ਬਿਲਕੁਲ ਬੇਇਨਸਾਫੀ ਕੀਤੀ ਜਾ ਰਹੀ ਆ, ਸਾਡੇ ਹੱਕਾਂ ਤੇ ਅਰੀ ਫੇਰੀ ਜਾ ਰਹੀ ਆ, ਇਹ ਕੰਪਨੀਆਂ ਦਾ ਪਤਾ ਨਹੀਂ ਕਿਸ ਪ੍ਰਕਾਰ ਦਾ ਟਾਈ ਅਪ ਕਰਕੇ ਸਾਡੇ ਨਾਲ ਬੇਇਨਸਾਫੀ ਕੀ ਰਹੀ ਆ। ਅਸੀਂ ਪ੍ਰਸ਼ਾਸਨ ਕੋ ਇਹ ਮੰਗ ਕਰਦੇ ਆ ਇਸ ਮੀਡੀਆ ਦੇ ਜ਼ਰੀਏ ਦੇ ਨਾਲ ਕਿ ਸਾਡੇ ਨਾਲ ਸਾਨੂੰ ਇਨਸਾਫ ਦਵਾਇਆ ਜਾਵੇ, ਸਾਡੇ ਨਾਲ ਖਲੋਤਾ ਜਾਵੇ,
ਸਾਡੀਆਂ ਮੰਗਾਂ ਜਾਏ ਵਾ। ਹਰ ਸਾਲ ਇੱਕ ਮੁਲਾਜ਼ਮ ਭਰਤੀ ਹੁੰਦਾ ਵਾ, ਇੱਕ ਵਾਰੀ ਮੈਡੀਕਲ ਕਰਦਾ ਵਾ, ਇੱਕ ਵਾਰੀ ਫਿਟਨੈਸ ਹੁੰਦਾ ਵਾ। ਅਸੀਂ ਹਰ ਸਾਲ ਜਦੋਂ ਵੀ ਟੈਂਡਰ ਹੁੰਦਾ ਵਾ ਆਪਣੀ ਮੈਡੀਕਲ ਸ਼ੇਫ ਵੰਨ ਦਿੰਦੇ ਇਹਨਾਂ ਨੂੰ, ਅਸਲੇ ਦੀ ਫਿਟਨੈਸ ਦਿੰਦੇ ਆ, ਠੀਕ ਆ। ਉਹ ਤੋਂ ਬਾਅਦ ਜੋ ਵੀ ਕੰਪਨੀ ਨੂੰ ਜ਼ਰੂਰਤਾਂ ਪੈਂਦੀਆਂ ਅਸੀਂ ਉਹਨਾਂ ਨੂੰ ਉਹ ਜ਼ਰੂਰਤਾਂ ਪੂਰੀਆਂ ਕਰਦੇ ਹਾਂ। ਇਸ ਵਾਰ ਵੀ ਕੀਤੀਆਂ ਵਾ, ਪੁਲਿਸ ਦੀ ਵੈਰੀਫਿਕੇਸ਼ਨ ਦਿੰਦੇ ਹਾਂ ਅਸੀਂ। ਅਸੀਂ ਚਾਹੁੰਦੇ ਹਾਂ ਅਸੀਂ ਤੁਹਾਡੇ ਮੀਡੀਆ ਦੇ ਜ਼ਰੀਏ ਸਾਡੇ ਬੱਚਿਆਂ ਨੂੰ ਸਾਡੇ ਸਾਨੂੰ ਜ਼ਰੂਰਤ ਆ, ਅਸੀਂ ਮੈਡੀਕਲ ਫਿੱਟ ਹਾਂ, ਨੌਕਰੀ ਕਰਨ ਦੇ ਅਸੀਂ ਫਿੱਟ ਹਾਂ, ਸਾਨੂੰ ਹਰ ਪ੍ਰਕਾਰ ਦੀ ਫਿਟਨੈਸ ਆ ਸਾਡੇ ਕੋਲ। ਅਸੀਂ ਤੁਹਾਡੇ ਜ਼ਰੀਏ ਮੀਡੀਆ ਦੇ ਜ਼ਰੀਏ ਦੇ ਨਾਲ ਤੁਹਾਡੇ ਕੋਲ ਤੁਹਾਡੇ ਇਸ ਆਵਾਜ਼ ਦੇ ਰਾਹੀਂ ਇਨਸਾਫ਼ ਦੀ ਮੰਗ ਕਰਦੇ ਹਾਂ ਵੀਰ ਜੀ, ਸਾਨੂੰ ਇਨਸਾਫ਼ ਦਵਾਇਆ ਜਾਂਦਾ, ਸਾਨੂੰ ਇਨਸਾਫ਼ ਦਵਾਇਆ, ਸਾਨੂੰ ਨੌਕਰੀ ਤੋਂ ਬਹਾਲ ਕੀਤਾ ਜਾਵੇ। ਵੀਰ ਜੀ ਜੇ ਨਹੀਂ ਇਨਸਾਫ਼ ਕਰਦਾ ਤੇ ਅਸੀਂ ਜੋ ਵੀ ਅਗਲਾ ਡਿਸੀਜ਼ਨ ਹੋਊਗਾ ਉਹ ਅਸੀਂ ਵੀਰ ਜੀ ਅੱਗੇ ਧਰਨਾ ਪ੍ਰਦਰਸ਼ਨ ਜਾਰੀ ਰਹੂਗਾ।